ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਣਾ ਇੱਕ ਮਹਾਨ ਇਨਸਾਨ ਬਾਬਾ ਗੁਰਦੀਪ ਸਿੰਘ ਜੀ ਦੀ ਆਤਮਾ ਦੀ ਸ਼ਾਂਤੀ ਵਾਸਤੇ, ਅੰਤਿਮ ਅਰਦਾਸ ਵਾਸਤੇ ਇਕੱਠੇ ਹੋਏ। ਮੈਥੋਂ ਪਹਿਲੇ ਮਜੀਠੀਆ ਸਾਹਿਬ ਨੇ ਅਤੇ ਸਾਰੇ ਬੁਲਾਰਿਆਂ ਨੇ ਉਸ ਮਹਾਨ ਆਤਮਾ ਦੀ, ਮਹਾਨ ਇਨਸਾਨ ਦੀ ਜੀਵਨ ਬਾਰੇ ਦੱਸਿਆ। 52 ਸਾਲ ਦੀ ਉਮਰ ਵਿੱਚ ਆਪਣੇ ਤੋਂ ਵਿਚਰ ਕੇ ਪਰਮਾਤਮਾ ਕੋਲ ਚਲੇ ਗਏ। 52 ਸਾਲ ਦੀ ਉਮਰ ਵਿੱਚ ਲੋਕ ਉਹਨਾਂ ਨੂੰ ਬਾਬਾ ਜੀ ਕਹਿੰਦੇ ਸੀ। ਨਹੀਂ ਤਾਂ ਆਮ ਤੌਰ ਤੇ ਜਦੋਂ ਉਮਰ ਵੱਡੀ ਹੋ ਜਾਂਦੀ ਹੈ, 60-70 ਸਾਲ ਹੋ ਜਾਂਦੀ ਹੈ, ਉਦੋਂ ਹੀ ਲੋਕੀ ਕਹਿੰਦੇ ਆ ਬਾਬਾ ਜੀ। ਉਹਨਾਂ ਨੂੰ ਕਹਿੰਦੇ ਜਿਹਨੂੰ ਰਿਸਪੈਕਟ ਨਾਲ ਕਹਿੰਦੇ ਆ। ਆ ਲਫ਼ਜ਼ ਇੱਕ ਰਿਸਪੈਕਟ ਦਾ ਲਫ਼ਜ਼ ਹੈ। ਉਹਨਾਂ ਨੂੰ ਮਾਰਿਆ ਕਿਉਂ ਗਿਆ? ਸਿਆਸੀ ਕਤਲ। ਅੱਜ ਪੰਜਾਬ ਛੋਕ ਹੀ ਰਿਹਾ। ਹਰ ਰੋਜ਼ ਮੈਂ ਕਿਤੇ ਨਾ ਕਿਤੇ ਜਾਣਾ, ਕਿਸੇ ਭੁੱਖ ਤੇ ਜਾਣਾ, ਕਿਸੇ ਸਰਕਾਰ ਤੇ ਜਾਣਾ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਕੋਈ ਨਾ ਕੋਈ ਬਹਾਨਾ ਲੈ ਕੇ ਉਹਨਾਂ ਨੂੰ ਮਾਰਿਆ ਜਾ ਰਿਹਾ। ਕਾਂਗਰਸੀਆਂ ਦੀ ਇੰਨੀ ਹਿੰਮਤ ਹੋ ਗਈ ਕਿ ਉਹ ਸਮਝਦੇ ਕਿ ਪੁਲਿਸ ਸਾਡੇ ਨਾਲ ਹੈ, ਸਾਡੀ ਪੂਰੀ ਸਰਕਾਰ ਸਾਡੇ ਨਾਲ ਹੈ। ਹੁਣ ਪਾਣੀ ਸਿਰਾਂ ਉੱਤੇ ਟੱਪਰਿਆ। ਜਿੰਨਾ ਜ਼ੁਲਮ ਐਤੀ ਮੈਂ ਦੇਖਿਆ ਪੰਜਾਬ ਚ, ਇਹ ਜਿਹਾ ਜ਼ੁਲਮ ਧੱਕਾ ਹਿੰਦੁਸਤਾਨ ਦੇ ਕਿਸੇ ਸੂਬੇ ਚ ਨਹੀਂ ਹੋ ਰਿਹਾ। ਆ ਜਿਹੜੇ MLA ਬਣੇ ਆ ਕਾਂਗਰਸ ਦੇ, ਸੋਚਦੇ ਆ ਕਿ ਅਸੀਂ ਡਰਾ ਕੇ, ਧਮਕਾ ਕੇ, ਗੈਂਗਸਟਰਾਂ ਨੂੰ ਵਰਤ ਕੇ ਅਸੀਂ ਪੱਕਾ ਰਾਜ ਕਰਾਂਗੇ। ਅੱਜ ਪੰਜਾਬ ਨਸ਼ਾ ਕਿਉਂ ਵਧਿਆ? ਇਸ ਲਈ ਵਧਿਆ ਕਿ MLA ਨੇ ਆ ਗੈਂਗਸਟਰਾਂ ਨਾਲ ਸਮਝੌਤਾ ਕੀਤਾ, ਉਹਨਾਂ ਨੂੰ ਮਹੀਨਾ ਲੈਂਦੇ ਉਹਨਾਂ ਤੋਂ, ਤੇ ਅਫਸਰਾਂ ਨੂੰ ਕਹਿ ਕੇ ਇਹਨਾਂ ਨੂੰ ਕੁਸ਼ਾਤਰੀ ਲਾਉਣਾ। ਜਿਹੜਾ ਅਫਸਰ ਕੋਈ ਨਵਾਂ ਆਉਂਦਾ, ਕੋਈ ਹੱਥ ਬਣਾਉਣ ਦੀ ਕੋਸ਼ਿਸ਼ ਕਰਦਾ, ਅਗਲੇ ਦਿਨ ਨੂੰ ਬਦਲ ਦਿੱਤਾ ਜਾਂਦਾ ਜਾਂ ਸਸਪੈਂਡ ਕੀਤਾ ਜਾਂਦਾ। ਸਾਡੇ ਫਿਰੋਜ਼ਪੁਰ SHO ਆਇਆ, ਬੜਾ ਦਲੇਰ SHO, ਉਹਨੇ ਵੱਡਾ ਸਮਗਲਰ ਫੜ ਲਿਆ, ਅਗਲੇ ਦਿਨ ਹੀ ਉਹਨੂੰ ਸਸਪੈਂਡ ਕਰਕੇ ਭੇਜਦਾ। ਦੇਖੋ ਫੜਿਆ ਹੋਣੇ ਸਮਗਲਰ, SHO ਸਸਪੈਂਡ ਕਰਦਾ। ਹੁਣ ਅੱਜ ਦੇ ਜਿਹੜੇ ਮੁੱਖ ਮੰਤਰੀ ਆ, ਮੁੱਖ ਮੰਤਰੀ ਤਾਂ ਹੈ ਨਹੀਂ, ਨਾਲ ਦਾ ਮੁੱਖ ਮੰਤਰੀ ਆ, ਮੁੱਖ ਮੰਤਰੀ ਦਿਖਾਈ ਨਹੀਂ ਦਿੰਦਾ, ਮੁੱਖ ਮੰਤਰੀ ਦਾ ਪਤਾ ਹੀ ਨਹੀਂ ਹੈ ਕਿੱਥੇ। ਉਹਨੇ ਅੱਜ ਤੱਕ 3 ਸਾਲਾਂ ਚ ਲਾਅ ਐਂਡ ਆਰਡਰ ਦੀ ਮੀਟਿੰਗ ਨਹੀਂ ਕੀਤੀ। DGP ਨਾਲ ਨਹੀਂ ਗੱਲ ਕਰਦੀ। ਮੈਂ SSP ਨੂੰ ਟੈਲੀਫੋਨ ਕਰਕੇ ਕਈ SSP ਨੂੰ ਪੁੱਛਿਆ, ਤੁਸੀਂ ਦੱਸੋ ਕਿੰਨੀ ਵਾਰ ਤੁਹਾਡਾ ਮੁੱਖ ਮੰਤਰੀ ਨਾਲ ਗੱਲ ਹੋਈ? ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ, ਸਾਰੇ ਅਫਸਰ DC ਤੇ SSP ਰਾਤ ਨੂੰ ਆਪਣੇ ਮੰਜੇ ਦੇ ਨਾਲ, ਸਿਰਹਾਣੇ ਦੇ ਨਾਲ ਪੈਨ ਤੇ ਕਾਗਜ਼ ਰੱਖਦੇ ਸੀ, ਕਿਉਂਕਿ ਉਹਨੂੰ ਪਤਾ ਸੀ ਜੇ ਅਖਬਾਰ ਵਿੱਚ ਕੋਈ ਖਬਰ ਆ ਗਈ ਉਹ ਜ਼ਿਲ੍ਹੇ ਦੀ, ਸਵੇਰੇ 5:30 ਵਜੇ ਬਾਦਲ ਸਾਹਿਬ ਨੇ ਟੈਲੀਫੋਨ ਕਰ ਲੈਣਾ, ਮੈਂ ਟੈਲੀਫੋਨ ਕਰ ਲੈਣਾ ਤੇ ਉਹਨਾਂ ਨੂੰ ਜਵਾਬ ਦੇਣਾ ਪੈਣਾ ਜਾਂ ਲਿਖ ਕੇ ਲਿਖਣਾ ਪੈਣਾ ਹੈ। ਇੱਥੇ ਮੈਂ SSP ਨੂੰ ਪੁੱਛਿਆ ਅਖੀਰਲੀ ਵਾਰ ਕਦੋਂ ਗੱਲ ਹੋਈ? ਇੱਕ SSP ਕਹਿੰਦਾ 6 ਮਹੀਨੇ ਪਹਿਲੇ, ਕੋਈ ਕਹਿੰਦਾ 8 ਮਹੀਨੇ ਪਹਿਲੇ ਮੁੱਖ ਮੰਤਰੀ ਦਾ ਗੱਲ। ਹੁਣ ਹੋ ਕੀ ਰਿਹਾ? ਸਾਰੇ ਆ ਜਿਹੜੇ MLA ਕਾਂਗਰਸ ਦੇ ਆਪਣੀ ਰਿਆਸਤਾਂ ਬਣਾ ਲਈਆਂ ਇਹਨਾਂ ਨੇ, ਹਰ MLA ਨੇ ਆਪਣੇ ਆਪ ਨੂੰ ਮੁੱਖ ਮੰਤਰੀ ਬਣਾ ਲਿਆ। SHO DSP ਹੁਣ SSP ਨੂੰ ਰਿਪੋਰਟ ਨਹੀਂ ਕਰਦਾ, ਉਹ MLA ਨੂੰ ਰਿਪੋਰਟ ਕਰਦਾ ਹੈ। ਇਹਨਾਂ MLA ਫੈਸਲਾ ਕਰਦਾ ਇਹਨਾਂ ਦਾ ਕੀ ਕਰਨਾ ਹੈ। ਤੋ ਇਸ ਕਰਕੇ ਅੱਜ ਗੈਂਗਸਟਰ ਕਿਉਂ ਵੱਧ ਗਏ ਪੰਜਾਬ ਦੇ? ਅੱਜ ਪੂਰੇ ਕਤਲੇਆਮ ਹੋ ਰਹੇ ਹੈ ਹਰ ਜਗ੍ਹਾ, ਹਰ ਰੋਜ਼ ਅਖਬਾਰ ਸੁਣਦੇ ਆ, ਕਿਉਂਕਿ ਅੱਜ ਹਰ ਗੈਂਗਸਟਰ ਦੇ ਪਗੜ ਇੱਕ ਕਾਂਗਰਸ ਲੀਡਰ ਹੈ। ਆ ਸੁਖੀ ਵੀ ਦਾਵਾ ਕੀ ਕਰ ਰਿਹਾ? ਮੈਂ ਕਹਿੰਦਾ ਸਾਰੇ ਗੈਂਗਸਟਰਾਂ ਦਾ ਸਭ ਤੋਂ ਵੱਡਾ ਪਿਓ ਹੈ ਸੁਖੀ ਰੰਧਾਵਾ। ਜੇਲ੍ਹ ਮਿਨਿਸਟਰ ਬਣਿਆ ਪਿਆ, ਜੇਲ੍ਹ ਦਾ ਮਤਲਬ ਹੈ ਉਹਨਾਂ ਨੂੰ ਵਧੀਆ ਘਰ ਦਿੱਤਾ ਕਈ ਬੰਦੇ ਨੂੰ ਅੰਦਰ,
ਕਿੰਨੀ ਦੇਰ ਚੱਲੂਗਾ? ਤੇ ਝੂਠੇ ਪਰਚੇ ਜਿਹਦਾ ਜੀ ਕਰ ਦਿਆ ਜਾਂਦਾ ਕਰ ਦੋ ਕਾਇਦ ਕਰ ਦੋ। ਮੈਂ ਤੁਹਾਨੂੰ ਇੱਕ ਵਾਅਦਾ ਕਰਕੇ ਜਾਣਾ, ਪਰਮਾਤਮਾ ਮਿਹਰ ਕਰੇ ਜੇ ਜੈ ਜੇ ਜ਼ੁਲਮ ਕੀਤੀ ਹੈ ਜੈ ਜੈ ਧਾਰਮਿਕ ਸ਼ਖਸੀਅਤਾਂ ਨੂੰ ਇਹਨਾਂ ਨੇ ਕਤਲ ਕੀਤਾ, ਪਰਮਾਤਮਾ ਨੇ ਇਹਨਾਂ ਦੀ ਇਹਨੂੰ ਇਹ ਜੀ ਕਰਾਰੀ ਹਾਰ ਦੇਣੀ ਹੈ ਕਾਂਗਰਸ ਨੂੰ, ਤੁਹਾਡਾ ਪਿਆਰ ਤੇ ਸਾਥ ਹੈ। ਜਿਹੜੇ ਅਫਸਰਾਂ ਨੇ ਸਭ ਤੋਂ ਪਹਿਲੇ ਤੇ ਅਫਸਰ ਢੰਗਾ ਨੇ ਜਿਹਨੇ ਨੇ ਸਾਰਾ ਮੁਲਕਾਂ ਦਾ ਪਾਇਆ ਢੰਗਣੇ ਨਹੀਂ, ਇਹਨਾਂ ਨੂੰ ਡਿਸਮਿਸ ਕਰਕੇ ਉਸੇ ਥਾਣੇ ਚ। ਮੈਂ ਤਾਂ ਸਾਡੇ ਆਪਣੇ ਜ਼ਿਲ੍ਹੇ ਪ੍ਰਧਾਨ ਦੇ ਅੱਗੇ ਬੈਠੇ, ਮੈਨੂੰ ਲਿਸਟ ਬਣਾ ਕੇ ਦੇ ਦਿਓ। ਪਹਿਲੇ ਮਹੀਨੇ ਤੁਸੀਂ ਦੇਖੋਗੇ ਕਿੰਨੇ ਅਫਸਰ ਡਿਸਮਿਸ ਹੋ ਗਏ, ਤੇ ਜਿਹੜੇ ਥਾਣੇ ਨੇ ਉਹਨੇ ਜਿੱਥੇ ਜ਼ੁਲਮ ਕੀਤਾ ਉਸੇ ਥਾਣੇ ਚ ਉਹਨੂੰ ਤੁਨਿਆ ਜਾਊਗਾ। ਇੰਨਾ ਜ਼ੁਲਮ ਕਿੰਨਾ ਕੁ ਪਿਆ ਆ। ਐਸ ਐਸ ਪੀ ਸਾਹਿਬ ਤੁਹਾਨੂੰ ਦਸ ਦਿਨ ਦਿੰਦੇ ਹਾਂ, 10 ਦਿਨਾਂ ਦੇ ਅੰਦਰ ਅੰਦਰ ਜੇ ਤੁਸੀਂ ਆ ਦੋਸ਼ੀ ਨਾ ਫੜੇ ਤੁਹਾਡਾ ਦਫ਼ਤਰ ਘੇਰ ਗਿਆ। ਐਸ ਐਸ ਪੀ ਮਜੀਠੇ ਦਾ ਦਫ਼ਤਰ ਘੇਰ ਗਿਆ, ਸ਼੍ਰੋਮਣੀ ਅਕਾਲੀ ਦਲ ਕੋਈ ਕਮਜ਼ੋਰ ਪਾਰਟੀ ਨਹੀਂ, 100 ਸਾਲ ਪੁਰਾਣੀ ਪਾਰਟੀ ਹੈ। ਸ਼ਹੀਦਾਂ ਦੀ ਜਥੇਬੰਦੀ ਹੈ, ਕੋਈ ਹਿੰਦੁਸਤਾਨੀ ਦੁਨੀਆ ਦੀ ਕਿਸੇ ਪਾਰਟੀ ਨੂੰ ਸ਼ਹੀਦਾਂ ਦੀ ਜਥੇਬੰਦੀ ਨਹੀਂ ਕਿਹਾ ਜਾਂਦਾ। ਇਕੱਲੀ ਸ਼੍ਰੋਮਣੀ ਅਕਾਲੀ ਦਲ ਨੂੰ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਾਨ ਦੇਣ ਤੋਂ ਇੱਕ ਮਿੰਟ ਨਹੀਂ ਡਰਦੇ, ਜੇਲਾਂ ਜਾਣ ਤੋਂ ਨਹੀਂ ਡਰਦੇ, ਕੁਰਬਾਨੀ ਦੇਣ ਤੋਂ ਨਾ ਡਰਦੇ। ਕੌਮ ਖਾਤਰ ਸਿਰ ਬਣਾ ਸਕਦੇ ਹੈ, ਸੂਬੇ ਖਾਤਰ ਸਿਰ ਬਣਾ ਸਕਦੇ। ਤੁਹਾਡੇ ਵਿੱਚ ਬਜ਼ੁਰਗ ਬੈਠੇ ਹੋਣੇ, ਬੈਠੇ ਹੈ ਤੁਹਾਡੇ ਆਪਣੇ ਬਜ਼ੁਰਗ, ਬਜ਼ੁਰਗਾਂ ਦੇ ਬਜ਼ੁਰਗ, ਦੇਖੋ ਕਿੰਨੀਆਂ ਕੁਰਬਾਨੀਆਂ ਦਿੱਤੀਆਂ। ਅੱਜ ਸ਼੍ਰੋਮਣੀ ਅਕਾਲੀ ਦਲ ਜੋ ਖੜੀ ਹੈ ਤੁਹਾਡੀਆਂ ਕੁਰਬਾਨੀ ਕਰਕੇ ਖੜੀ ਹੈ, ਕਿਸੇ ਦੀ ਜਾਇਦਾਦ ਨਹੀਂ, ਕੋਈ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਨਹੀਂ ਜਾਂ ਕਿਸੇ ਜਾਇਦਾਦ ਨਹੀਂ, ਇਹ ਜਾਇਦਾਦ ਤੁਹਾਡੀ ਹੈ, ਕੌਮ ਦੀ ਜਾਇਦਾਦ ਹੈ। ਸ਼੍ਰੋਮਣੀ ਅਕਾਲੀ ਦਲ ਤਕੜਾ, ਕੌਮ ਤਕੜੀ ਹੈ, ਪੰਥ ਤਕੜਾ ਤੇ ਪੰਜਾਬ ਤਕੜਾ। ਸ਼੍ਰੋਮਣੀ ਅਕਾਲੀ ਦਲ ਦੀ ਸੋਚ ਇਕੱਲੀ ਪੰਜਾਬ ਪ੍ਰਤੀ ਹੈ, ਕੌਮ ਪ੍ਰਤੀ ਹੈ। ਤੁਸੀਂ ਦੇਖਿਆ ਹੋਣਾ ਜਦੋਂ ਵੀ ਪੰਥ ਦੀ ਸਰਕਾਰ ਆ ਜਾਂਦੀ ਹੈ ਉਦੋਂ ਪੰਜਾਬ ਵਿੱਚ ਤਰੱਕੀ ਹੋਣ ਲੱਗ ਜਾਂਦੀ ਹੈ, ਜਦੋਂ ਕਾਂਗਰਸੀ ਬਦਮਾਸ਼ ਆ ਜਾਂਦੇ ਹੈ ਇਕੱਲੇ ਲੁੱਟਣ ਤੇ ਲੱਗ ਜਾਂਦੇ ਹੈ। ਜਿਹੜੀਆਂ ਕਰਤੂਤਾਂ ਕੈਪਟਨ ਦੀਆਂ ਤੁਸੀਂ ਦੇਖੀਆਂ 2002-7 ਉਦੋਂ ਵੀ ਬੜਾ ਜ਼ੁਲਮ ਕੀਤਾ, 10 ਸਾਲ ਸਫਾਇਆ ਰਿਹਾ ਕਾਂਗਰਸ ਦਾ। ਤੇ ਜੈ ਜੀਆਂ ਕਰਤੂਤਾਂ ਹੁਣ, ਜੈ ਜੇ ਪਾਪ ਹੁਣ ਕੀਤੇ, ਜੈ ਜੇ ਧੱਕੇ ਹੁਣ ਕੀਤੇ, ਪੱਕਾ ਹੀ ਕਾਂਗਰਸ ਸਰਕਾਰ ਹੋਊਗਾ। ਮੈਂ ਤਾਂ ਪੱਕਾ ਕਾਂਗਰਸ ਸਰਕਾਰ ਹੋਊਗਾ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇੱਕ ਪਰਿਵਾਰ ਹੈ, ਆ ਇੱਕ ਵੱਡਾ ਪਰਿਵਾਰ ਹੈ। ਸਕੇ ਖੂਨ ਦੇ ਰਿਸ਼ਤੇ ਵਾਲੇ ਤਾਂ ਇੱਕ ਦੂਜੇ ਨੂੰ ਛੱਡ ਜਾਂਦੇ ਹੈ, ਆਹ ਜਿਹੜਾ ਪਰਿਵਾਰ ਹੈ ਇਸ ਪਰਿਵਾਰ ਨੂੰ ਜਿਹੜੀ ਏਕਤਾ ਹੈ, ਇਕੱਠ ਹੈ, ਉਹਨੂੰ ਕੋਈ ਨਹੀਂ ਕਮਜ਼ੋਰ ਕਰ ਸਕਦਾ। ਮੈਨੂੰ ਮਾਣ ਹੈ ਕਿ ਮੈਨੂੰ ਇਸ ਉਮਰ ਵਿੱਚ ਮੌਕਾ ਦਿੱਤਾ, ਸੇਵਾ ਕਰਨ ਦਾ, ਅਗਵਾਈ ਕਰਨ ਦਾ, ਉਸ ਬਹਾਦਰ ਕੌਮ ਦਾ, ਕੌਮ ਦੀ, ਉਸ ਬਹਾਦਰ ਪਾਰਟੀ ਦੀ ਜਿਹਦੇ ਹੁਣ ਅੱਗੇ 100 ਸਾਲ ਪੂਰੀ ਹੋਏ। ਇਸ ਕਰਕੇ ਮੈਂ ਸਾਰੇ ਵਰਕਰਾਂ ਨੂੰ ਵਿਸ਼ਵਾਸ ਦਿੰਦਾ ਤੇ ਬੇਨਤੀ ਕਰਦਾ, ਆ 2 ਸਾਲ ਜਿੱਥੇ ਵੀ ਕੋਈ ਜ਼ੁਲਮ ਹੋਏ ਸਾਰੀ ਲੀਡਰਸ਼ਿਪ ਜ਼ਿਲ੍ਹੇ ਦੀ ਬੈਠੀ ਆ, ਤੁਸੀਂ ਪਹੁੰਚੋ, ਜਿੱਥੇ ਲੋੜ ਪਏ ਮੈਨੂੰ ਟੈਲ ਕਰੋ, 4-5 ਘੰਟੇ 'ਚ ਮੈਂ ਵੀ ਪਹੁੰਚੂਗਾ। ਇਹਨਾਂ ਨੂੰ ਭਾਜੜ ਪਾ ਕੇ ਰੱਖੀਏ ਤੇ ਮੈਂ ਤੁਹਾਨੂੰ ਦੱਸਾਂ, ਕੋਈ ਤਕਲੀਫ ਤੁਹਾਨੂੰ ਆਏ ਜਾਂ ਤੁਹਾਨੂੰ ਕੋਈ ਕਰੇ, ਤੁਹਾਨੂੰ ਕੋਈ ਅਫਸਰ ਤੰਗ ਕਰੇ, ਸਾਡੇ ਡਿਸਟ੍ਰਿਕਟ ਦੇ ਪ੍ਰਧਾਨ ਨਾਲ ਆਪਣੇ ਹਲਕੇ ਇੰਚਾਰਜ ਨਾਲ ਤੁਸੀਂ ਉਹਦਾ ਨਾਂ ਜ਼ਰੂਰ ਦਿਓ, ਕੋਈ ਗੱਲ ਨਹੀਂ। ਆ ਦਿਨ ਮਿੰਟਾਂ 'ਚ ਚੱਪ ਜਾਣੇ ਹੈ, ਕਈਆਂ 2 ਗਰਮੀਆਂ ਰਹਿ ਗਈਆਂ ਤੇ 1 ਸਰਦੀ ਹੋਰ ਰਹਿ ਗਈ। ਤੁਹਾਡਾ ਰਾਜ ਆ ਜਾਣਾ, ਤੁਹਾਡੀ ਪੰਜਾਬੀਆਂ ਦਾ, ਕੌਮ ਦਾ ਰਾਜ, ਪੰਜਾਬੀਆਂ ਦਾ ਰਾਜ। ਤੇ ਮੈਂ ਤੁਹਾਨੂੰ ਦੱਸਦਾ ਇਨਸਾਫ, ਜਿਹੜੇ ਦੋਸ਼ੀ ਹੈ ਉਹਨਾਂ ਨੂੰ ਪਹਿਲੇ ਹੀ ਮਹੀਨੇ ਤੁਸੀਂ ਦੇਖੋਗੇ, ਤੁਸੀਂ ਦੇਖੋਗੇ ਕਿਵੇਂ ਭੱਜਦੇ, ਕਿਵੇਂ ਜਿਵੇਂ ਦੁਸ਼ਮਣ ਭੱਜਦਾ ਹੁੰਦਾ ਉਹ ਕਿਵੇਂ ਭੱਜਦੇ, ਪਰ ਭੱਜਣ ਨਹੀਂ ਦੇਵਾਂਗੇ। ਅੱਜ ਮਹਾਨ
सिंह जी अज नहीं उन्होंने परिवार के नाल सारा परिवार खड़ा है जिन्हों परिवार इस परिवार को किसी चीज की कोई तकलीफ होए मैं सारे वर्करों को बेनती करना कोई भी इन्होंने तकलीफ होए मैं मजीठिया साहब ने बेनती करना कोई भी तकलीफ होए इन परिवार को मैं तो परिवार को बेनती करना मजीठिया साहब या किसी भी साढ़े वर्कर वालों आ हम साड़ी जिम्मेवारी है इस परिवार का संभालना इस परिवार की कोई तकलीफ हर तकलीफ दूर करनी क्योंकि परिवार का जो मुखी है उस मुखी ने अपनी पार्टी वास्ते अपनी शहादत दे दी है अज हूँ अपनी जिम्मेवारी है असं मैं विश्वास दवाना असं सारा परिवार पार्टी का परिवार थोड़े बाबा जी के परिवार नाल खड़ा है तो आप हूँ अच्छ अरदास बेनती करके परमात्मा के चरणों की है कि बाबा जी को आत्मा को शांति बख्शन अपनी गोद में जगह दे मैं अच्छ इस तरह कहना कि जो जिन्हें किया उस उन्होंने सख्त तो सख्त सजा दिलाई जाऊगी अखीर तक असं जावे जो तक वो जमा सलाखा चाहते सजा नहीं होती आज तुम वादा करते हैं वाहगुरु जी का खालसा वाहगुरु जी की फतेह। सरदार मनजीत सिंह जी मंडल साहब सबका एमएलए भी हाजिर है इसे तरह मसीह भाईचारे के नुमाइंदे साढ़े वीर भी हाजिर।